ਇਹ ਤਜਰਬਾ ਦਰਸਾਉਂਦਾ ਹੈ ਕਿ ਤਾਜ਼ਾ ਅੰਡਾ ਸਾਦੇ ਪਾਣੀ ਵਿੱਚ ਡੁੱਬ ਜਾਏਗਾ ਅਤੇ ਖਾਰੇ ਪਾਣੀ ਵਿੱਚ ਤਰੇਗਾ। ਜੇ ਤੁਸੀਂ ਤਾਜ਼ਾ ਅੰਡੇ ਨੂੰ ਪਾਣੀ ਦੇ ਡੋਂਗੇ ਵਿੱਚ ਪਾਓਗੇ ਤਾਂ ਉਹ ਡੁੱਬ ਜਾਵੇਗਾ। ਹੁਣ ਅੰਡੇ ਨੂੰ ਬਾਹਰ ਕੱਢੋ ਅਤੇ ਬਹੁਤ ਸਾਰਾ ਨਮਕ ਪਾਣੀ ਵਿੱਚ ਮਿਲਾ ਦਿਓ। ਨਮਕ ਨੂੰ ਚੰਗੀ ਤਰ੍ਹਾਂ ਘੋਲੋ। ਪਾਣੀ ਜਿੰਨਾ ਜ਼ਿਆਦਾ ਖਾਰਾ ਹੋਵੇਗਾ ਉਨਾ ਹੀ ਸੰਘਣਾ ਵੀ ਹੋਵੇਗਾ। ਜੇ ਹੁਣ ਤੁਸੀਂ ਇਸ ਵਿੱਚ ਅੰਡਾ ਰੱਖੋਗੇ ਤਾਂ ਉਹ ਡੁੱਬੇਗਾ ਨਹੀਂ ਅਤੇ ਤਰਨਾ ਸ਼ੁਰੂ ਕਰ ਦੇਵੇਗਾ। ਜੇ ਤੁਸੀਂ ਅੰਡੇ ਨੂੰ ਅੰਦਰ ਵੱਲ ਧੱਕੋਗੇ ਤਾਂ ਵੀ ਅੰਡਾ ਬਾਹਰ ਆ ਜਾਵੇਗਾ।